No, ahí. Vas. Vas. Otro me era cuando se dio la carbani que te amé de eso le dije, ¿sabes? Ahora una que te. Cuando de eso le dije carbani que te amé de eso. ਇੱਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਫੌਜ ਦੇ ਵਿੱਚ ਇੱਕ ਪੰਜਾਬੀ ਜਵਾਨ ਸ਼ਹੀਦ ਹੋ ਗਿਆ। ਤਾਂ 2 ਦਿਨ ਪਹਿਲਾਂ ਹੀ ਇਹ ਜਵਾਨ ਛੁੱਟੀ ਕੱਟ ਕੇ ਘਰੋਂ ਖੁਸ਼ੀ ਖੁਸ਼ੀ ਆਪਣੀ ਡਿਊਟੀ ਦੇ ਉੱਤੇ ਗਿਆ ਸੀ, ਪਰ ਕਿਹਾ ਜਾ ਰਿਹਾ ਕਿ ਜਾਂਦੇ ਸਾਰ ਹੀ ਇਸਦੀ ਤਬੀਅਤ ਖਰਾਬ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਇਲਾਜ ਦੇ ਦੌਰਾਨ ਇਹ ਜਵਾਨ ਸ਼ਹੀਦ ਹੋ ਗਿਆ। ਤਾਂ 19 ਪੰਜਾਬ ਰੈਜੀਮੈਂਟ ਦੇ ਵਿੱਚ ਤੈਨਾਤ ਸੀ, ਸੰਗਰੂਰ ਦੇ ਪਿੰਡ ਖੜਿਆਲ ਦਾ ਰਹਿਣ ਵਾਲਾ ਸੀ ਤੇ ਗੁਰਵੀਰ ਸਿੰਘ ਵਜੋਂ ਇਸਦੀ ਪਹਿਚਾਣ ਹੋਈ ਹੈ। ਤਾਂ ਬੇਹੱਦ ਹੀ ਮਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਫੌਜ ਦੇ ਵਿੱਚ ਪੰਜਾਬੀ ਜਵਾਨ ਸ਼ਹੀਦ ਹੋਇਆ। 2 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਘਰੋਂ ਗਿਆ ਸੀ ਅਤੇ ਸਿੱਕਮ ਦੇ ਵਿੱਚ ਇਸਦੀ ਡਿਊਟੀ ਚੱਲ ਰਹੀ ਸੀ। ਹਾਲਾਂਕਿ ਆਪਣੇ ਪਿੱਛੇ 17 ਸਾਲ ਦੇ ਬੇਟਾ, 15 ਸਾਲ ਦੀ ਬੇਟੀ ਨੂੰ ਅਤੇ ਮਾਤਾ ਪਿਤਾ ਨੂੰ ਛੱਡ ਗਿਆ। ਉੱਥੇ 7 ਅਗਸਤ ਨੂੰ ਇਹ ਘਰੋਂ ਗਿਆ ਸੀ। ਤਾਂ ਦੱਸ ਦਈਏ ਕਿ ਪੰਜਾਬ ਦੇ ਸੰਗਰੂਰ ਦੇ ਪਿੰਡ ਖੜਿਆਲ ਦਾ ਰਹਿਣ ਵਾਲਾ ਇਹ ਜਵਾਨ ਦੱਸਿਆ ਜਾ ਰਿਹਾ ਹੈ, ਜਿਸਦੀ ਕਿ ਅਚਾਨਕ ਹੀ ਸਿੱਕਮ ਦੇ ਵਿੱਚ ਤਬੀਅਤ ਖਰਾਬ ਹੋ ਜਾਂਦੀ ਹੈ, ਜਿਸ ਤੋਂ ਬਾਅਦ ਨਾਲ ਦੇ ਸਾਥੀਆਂ ਦੇ ਵੱਲੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਇਲਾਜ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬੀ ਜਵਾਨ ਸ਼ਹੀਦ ਹੋ ਗਿਆ। ਹਾਲਾਂਕਿ ਜਿਵੇਂ ਹੀ ਇਸ ਸ਼ਹੀਦ ਹੋਣ ਦੀ ਖਬਰ ਪਿੰਡ ਦੇ ਵਿੱਚ ਪਹੁੰਚਦੀ ਹੈ, ਪਰਿਵਾਰਕ ਮੈਂਬਰਾਂ ਦੇ ਵਿੱਚ ਪਹੁੰਚਦੀ ਹੈ, ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਕਿਸ ਤਰ੍ਹਾਂ, ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਜੌਬ ਕਰਦਿਆਂ ਨੂੰ, ਕਦੋਂ ਆ ਕੇ ਗਏ, ਸਾਰੀ ਗੱਲ ਦੱਸਿਓ ਜੀ। ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਸੀ ਰਹਿਣ ਸਹਿਣ ਸੀ ਪਹਿਲਾਂ? 21 ਸਾਲ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ ਜੀ। 22 ਸਾਲ ਲੱਗਿਆ ਹੋਇਆ ਹੈਗਾ। ਪਰਿਵਾਰ ਨਾਲ ਦੇ ਪਿੰਡ ਦੇ ਵਿੱਚ ਬਹੁਤ ਵਧੀਆ ਵਿਚਰਦੇ ਸੀ, ਹਰ ਇੱਕ ਨਾਲ ਸੁਭਾਅ ਬਹੁਤ ਚੰਗਾ ਸੀ। ਛੁੱਟੀ ਉਹ 45 ਦਿਨ ਦੀ ਛੁੱਟੀ ਕੱਟ ਕੇ ਗਏ ਨੇ ਜੀ। 8 ਤਰੀਕ ਨੂੰ ਔਨ ਡਿਊਟੀ ਹੋਏ ਨੇ ਜੀ। 11 ਵਜੇ ਉਹਨਾਂ ਦੀ ਹਾਜ਼ਰੀ ਹੋ ਗਈ ਸੀ ਅਤੇ 2:30 ਵਜੇ ਸਾਨੂੰ ਇਹ ਪਤਾ ਲੱਗਿਆ ਕਿ ਵੀ ਸ਼ਹੀਦ ਹੋ ਗਏ ਨੇ ਜੀ। ਸਾਨੂੰ ਯੂਨਿਟ ਵੱਲੋਂ ਫੋਨ ਆਇਆ ਜੀ, ਕਹਿੰਦੇ ਵੀ ਥੋੜ੍ਹੀ ਪ੍ਰੋਬਲਮ ਆ ਰਹੀ ਹੈਗੀ, ਅਸੀਂ MH ਲੈ ਕੇ ਜਾ ਰਹੇ ਹਾਂਗੇ। ਅਤੇ ਜਦੋਂ ਮੈਂ ਕਿਹਾ ਠੀਕ ਹੈ ਜੀ, ਕੋਈ ਗੱਲ ਨਹੀਂ ਵੀ ਤੁਸੀਂ ਦੇਖਭਾਲ ਕਰੋ। ਉਹਨਾਂ ਨੇ ਪੁੱਛਿਆ ਘਰ ਵਿੱਚ ਕਿਵੇਂ ਸੀ, ਘਰ ਵਿੱਚ ਵਧੀਆ ਠੀਕ ਠਾਕ ਸੀ, ਬਹੁਤ ਵਧੀਆ ਛੁੱਟੀ ਕੱਟ ਕੇ ਗਏ ਨੇਗੇ। ਉੱਥੇ ਜਾ ਕੇ ਪਤਾ ਨਹੀਂ ਕੋਈ ਕੀ ਪ੍ਰੋਬਲਮ ਆਈ, ਸਾਨੂੰ ਪੂਰੀ ਗੱਲ ਤਾਂ ਨਹੀਂ ਦੱਸੀ ਜੀ। ਸਾਨੂੰ 3:30 ਵਜੇ ਇਹ ਕਿਹਾ ਹੈਗਾ ਵੀ ਸ਼ਹੀਦ ਹੋ ਗਿਆ ਜੀ, ਨਹੀਂ ਦੁਨੀਆਂ 'ਚ ਰਹੇਗਾ। ਸਾਡੇ 11 ਵਜੇ ਗੱਲ ਹੋਈ ਹੈ ਜੀ। ਉਹਨਾਂ ਨੇ ਮੈਨੂੰ ਇਹ ਕਿਹਾ ਵੀ ਮੈਂ ਡਿਊਟੀ ਪਹੁੰਚ ਗਿਆ, ਠੀਕ ਠਾਕ ਹਾਂ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਜੀ। ਹਾਂਜੀ, ਸਾਰੇ ਪਿੰਡ ਦੇ ਵਿੱਚ ਸਭ ਨਾਲ ਰਹਿਣ ਸਹਿਣ ਵਧੀਆ ਸੀ, ਸਭ ਨੂੰ ਮਿਲ ਗਿਲ ਕੇ ਗਏ ਨੇਗੇ, ਸਾਰਿਆਂ ਨਾਲ ਵਧੀਆ ਰਹਿੰਦੇ ਸੀਗੇ। ਬੇਟਾ ਇੱਕ, ਮੇਰੀ ਇੱਕ ਬੇਟੀ ਹੈਗੀ, ਬੱਚੇ ਬੇਟਾ ਪਲੱਸ 2 ਚ ਹੈ ਜੀ, 17 ਸਾਲ ਦੀ ਉਮਰ ਹੈ, ਬੇਟੀ 9ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ। ਬੇਟੇ ਨੂੰ IPS ਬਣਾਉਣ ਦੀ ਚਾਹੁੰਦੇ ਸੀਗੇ, ਉਹਨਾਂ ਦੀ ਇੱਛਾ ਸੀ ਜੀ। ਉਹਨਾਂ ਨੂੰ ਕਹਿਣਾ ਸੀ ਬੇਟਾ ਵਧੀਆ ਪੜ੍ਹੋ ਲਿਖੋ, ਮੈਂ ਤੁਹਾਨੂੰ ਇੱਕ ਅਫਸਰ ਲੈਣ ਦੇ ਵਿੱਚ ਭਰਤੀ ਕਰਾਂਗਾ। ਹਾਂਜੀ, ਬੱਚੇ ਬਾਰੇ ਸੁਬਾਹ ਸ਼ਾਮ ਇਹੀ ਕਹਿੰਦੇ ਵੀ ਇਹਨਾਂ ਨੂੰ ਆਪਾਂ ਨੇ ਵਧੀਆ ਪੜ੍ਹਾ ਲਿਖਿਆ ਕਿ ਵਧੀਆ ਇੱਕ
ਅਫਸਰ ਬਣਾਉਣੇ ਨੇ। ਮੈਂ ਬਹੁਤ ਵੱਡਾ ਮਾਣ ਵਿਸ਼ਵਾਸ ਕਰਦੀ ਹਾਂ, ਮਾਣ ਕਰਦੀ ਹਾਂ ਕਿ ਉਹ ਦੇਸ਼ ਦੀ ਸੇਵਾ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ, ਉਹਨਾਂ ਨੇ ਸ਼ਹੀਦੀ ਪਾਈ ਹੈ, ਮੈਨੂੰ ਗਰਵ ਹੈ ਇਸ ਚੀਜ਼ ਦਾ। ਪਰ ਜੋ ਮੈਨੂੰ ਲਾਈਫ ਦੇ ਵਿੱਚ ਘਾਟਾ ਪੈ ਗਿਆ, ਚਲੋ ਉਹ ਤਾਂ ਨਹੀਂ ਗੱਲ ਬਣਦੀ, ਪਰ ਮੈਨੂੰ ਮਾਣ ਬਹੁਤ ਹੈ ਆਪਣੇ ਗੁਰਵੀਰ ਸਿੰਘ ਪਤੀ 'ਤੇ, ਜੋ ਦੇਸ਼ ਵਾਸਤੇ ਆਪਣੀ ਜਿੰਦ ਜਾਨ ਲਾ ਗਏ। ਬਹੁਤ ਪਿਆਰ ਕਰ ਰਹੇ ਨੇ ਜੀ ਲੋਕਾਂ ਤੋਂ ਵੀ, ਸਾਰੇ ਪਿੰਡ ਦੇ ਵਿੱਚ ਵੀ ਤਵੇ ਬੰਦ ਹੋਏ ਪਏ ਨੇਗੇ, ਯਾਨੀ ਕਿ ਬਹੁਤ ਦੁੱਖ ਮਨਾਇਆ ਹੈਗਾ ਸਾਰੇ ਪਿੰਡ ਦੇ ਲੋਕਾਂ ਨੇ, ਔਰ ਜੋ ਵੀ ਭੈਣ ਭਾਈ ਆਲੇ ਦੁਆਲੇ ਵਾਲੇ ਨੇ ਸਭ ਆਪਣੇ ਲਈ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ ਮੇਰੇ ਕੋਲ। ਅੱਜ ਸ਼ਾਮ ਨੂੰ ਕਹਿੰਦੇ ਆ ਜੀ ਆਪਣਾ ਪਟਿਆਲੇ ਪਹੁੰਚਣਗੇ, ਤੇ ਸੁਬਹਾ 7-8 ਵਜੇ ਦਾ ਟਾਈਮ ਦੇ ਰਹੇ ਨੇ ਜੀ, ਪਿੰਡ ਆ ਜਾਣਗੇ ਜੀ। ਸੰਸਕਾਰ ਦਾ 9-8 ਵਜੇ ਦਾ ਟਾਈਮ ਦੱਸ ਰਹੇ ਨੇ। ਮੈਨੂੰ ਤਾਂ ਬਸ ਇਹੀ ਕਹਿ ਰਹੇ ਸੀਗੇ ਵੀ ਵਧੀਆ ਬੱਚਿਆਂ ਦਾ ਦੇਖਭਾਲ ਕਰਨੀ ਹੈ ਤੁਸੀਂ ਨੇ, ਵੀ ਮੈਂ ਤਾਂ ਆਪਣੀ ਡਿਊਟੀ ਚੱਲਿਆਂਗਾ, ਮੈਂ ਉੱਥੇ ਸੇਵਾ ਕਰ ਰਿਹਾ, ਤੁਸੀਂ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਧਿਆਨ ਰੱਖਣਾ। ਹਾਂਜੀ ਮੈਂ ਪੂਰਾ ਜੋਸ਼ ਰੋਜ਼ ਨਾਲ ਵੀ ਆਪਣੇ ਬੱਚਿਆਂ ਨੂੰ ਪੂਰੀ ਕਾਮਯਾਬੀ ਹਾਸਲ ਕਰਵਾਵਾਂਗੀ, ਮੈਂ ਉਹਨਾਂ ਦੇ ਕਹਿਣੇ 'ਤੇ ਚੱਲੂੰਗੀ ਜੀ, ਜੋ ਸੁਪਨੇ ਸੀ ਮੈਂ ਪੂਰੇ ਕਰਵਾਉਂਗੀ ਆਪਣੇ ਬੱਚਿਆਂ ਤੋਂ। ਤੁਹਾਡੇ ਪੁੱਤ ਨੇ ਸ਼ਹੀਦੀ ਪਾਈ ਹੈਗੀ ਆ, ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਮਿਲ ਕੇ ਗਏ ਨੇ ਪਿੱਛੇ ਗੱਲਬਾਤ ਕਰਕੇ ਗਏ ਨੇ, ਠੀਕ ਠਾਕ ਗਏ ਨੇ? ਮੇਰਾ ਪੁੱਤ ਬਹੁਤ ਲਾਇਕ ਬੰਦੇ ਸੀ, ਬਹੁਤ ਸਿਆਣਾ ਪੁੱਤ ਸੀ ਮੇਰਾ। ਮਾਣ ਹੈ ਤੁਹਾਨੂੰ? ਹਾਂ ਮਾਣ ਮੈਨੂੰ ਪੂਰਾ। ਦੇਸ਼ ਲਈ ਜਿਹੜਾ ਹੈਗਾ ਦੇਸ਼ ਦੀ ਰੱਖਿਆ ਕਰਦੇ ਸੀ, ਆਪਣੀ ਜਾਨ ਮਾਰ ਕੇ ਗਏ, ਹਾਂ ਕਿੰਨਾ ਕੁ ਮਾਣ ਮਹਿਸੂਸ ਕਰਦੇ? ਬਹੁਤ ਮੇਰੇ ਪੁੱਤ ਨੇ ਸ਼ਹੀਦੀ ਪਾਈ। ਬੱਚੇ ਨੇ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਨੂੰ ਤੁਸੀਂ ਆਪਣਾ? ਹਾਂ ਕਹਿੰਦੇ ਨੇ ਬੱਚਿਆਂ ਪ੍ਰਤੀ ਕੁਛ? ਉਹ ਇਹ ਕਹਿੰਦੇ ਵੀ ਵੀ ਆਪਦਾ ਉਹ ਸੁਪਨੇ ਮੇਰੇ ਪੂਰੇ, ਬੱਚਿਆਂ ਨੂੰ ਕਹਿੰਦੀ ਵੀ ਆਹ ਬੱਚੇ ਮੇਰੇ ਐਂ ਪੜ੍ਹ ਲਿਖਦੇ ਐਂ ਹੱਸਦੇ ਖੇਡਦੇ ਗਏ ਨੇ ਪੁੱਤ ਆਪਦੀ ਡਿਊਟੀ 'ਤੇ ਜਮਾਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਵੀਰ ਸਿੰਘ ਹੈ ਜੀ, ਅਤੇ ਮੈਂ ਫੌਜੀ ਸੀ ਅਤੇ ਗੁਰਵੀਰ ਸਿੰਘ ਦਾ ਭਰਾ ਜੀ ਛੋਟਾ। ਜਦੋਂ ਆਏ ਛੁੱਟੀ ਕੱਟਣ ਤੁਹਾਨੂੰ ਮਿਲੇ, ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ? ਮੇਰੇ ਨਾਲ ਪੂਰੀਆਂ ਗੱਲਾਂ ਬਾਤਾਂ ਜੀ, ਖੇਤ ਪੂਰਾ ਖੇਤ ਦਾ ਕੰਮ ਕਰਾਇਆ, ਜੀਰੀ ਲਾਉਣ ਆਇਆ, ਅਤੇ ਉੱਥੇ ਮੈਨੂੰ ਹਾਜ਼ਰਾ ਜੀ, ਅਸੀਂ ਕਹਿੰਦੇ ਜਿੰਨੇ ਫੌਜੀ ਛੁੱਟੀਆਂ ਹੁਣ, ਕਹਿੰਦਾ ਸਾਨੂੰ ਸਾਰਿਆਂ ਨੇ ਖੇਤ ਵੀ ਜੀਰੀ ਬੀੜੀ ਮਿਲੀ ਛੁੱਟੀ, ਅਸੀਂ ਸਾਰੇ ਕੰਮ ਕਰਾਉਣੇ ਆ, ਸਾਰੇ ਵਧੀਆ ਕੰਮ ਕਰਾਏ ਨੇ, ਅਤੇ ਜਾਂਦਾ ਮੈਨੂੰ ਕਹਿ ਕੇ ਵੀ ਗਿਆ ਵੀ ਖਾ ਪੀਣਾ, ਕਹਿੰਦਾ ਤੂੰ ਬਿਮਾਰ ਰਹਿਣਾ, ਕਹਿੰਦਾ ਦਿਹਾੜੀਆਂ ਲਾਣੀਆਂ। ਤੁਹਾਡੇ ਤੋਂ ਛੋਟੇ ਸੀ ਵੱਡੇ ਸੀ? ਮੇਰੇ ਤੋਂ ਵੱਡੀ 5-6 ਸਾਲ ਵੱਡੀ ਸੀ। ਉਹਨਾਂ ਦੇ 82 ਦਾ ਜਨਮ ਸੀ ਜੀ, 42ਵੇਂ ਸਾਲ ਲੱਗਣੇ ਇਸ ਮੰਥ ਦੇ। ਇਹੋ ਜਿਹਾ ਸੁਭਾਅ ਸੀ ਸੁਭਾਅ ਤਾਂ ਹੀਰਾ ਬੰਦਾ ਸੀ ਜੀ, ਉਹਦੇ ਵਰਗਾ ਤਾਂ ਬੰਦੀ ਨਹੀਂ ਸੀਗਾ, ਮਤਲਬ ਨੇਕੀ ਤਾਂ ਇੰਨਾ ਸੀਗਾ। ਜਦੋਂ ਹੁਣ ਛੁੱਟੀ ਆਇਆ ਸੀ, ਇੱਕ ਗਰੀਬ ਪਰਿਵਾਰ ਸੀਗਾ, ਉਹਨਾਂ ਦੇ ਬੇਟੀ ਲਈ ਬੱਚਾ ਹੋਇਆ, ਘਰ ਆ ਕੇ ਉਹਨਾਂ ਨੂੰ ਪੰਜੀਰੀ ਲਾ ਕੇ ਦੇ ਕੇ ਆਇਆ 5 ਕਿਲੋ, ਜਾ ਕੇ ਨਾਲ ਪੈਸੇ ਦੇ ਕੇ ਆਇਆ, ਕਹਿੰਦਾ ਮੈਂ ਅਗਲੀ ਛੁੱਟੀ ਤੁਹਾਨੂੰ ਕੱਪੜੇ ਲੀੜੇ ਸਾਰੇ ਸਮਾ ਕੇ ਦੇਊਂਗਾ, ਮਤਲਬ ਦਾਨੀ ਵੀ ਇੰਨਾ ਸੀਗਾ। ਅਤੇ ਜਿਹਦੇ ਘਰ ਵਗ ਗਿਆ, ਐਂ ਨਹੀਂ ਵੀ ਇਹ ਗਰੀਬ ਆ ਜਾਂ ਕਿਵੇਂ ਆ, ਉਹਨਾਂ ਦੀ ਕਹੂਗਾ ਮੈਨੂੰ ਚਾਹ ਬਣਾ ਕੇ ਦੇ ਦਿਓ, ਆਪਣੇ ਵਾਟਰ ਬਾਕਸ ਲਵੇ, ਆਪਣੇ ਜਿਹੜੇ ਗੱਡੀ ਲਹਾਰ ਹੁੰਦੇ ਨੇ ਉਹਨਾਂ ਦੇ ਘਰੇ ਜਾ ਕੇ ਚਾਹ ਪੀ ਆਉਂਦਾ, ਕੋਈ ਐਂ ਨਹੀਂ ਉਹ ਸੋਚਦਾ ਸੀਗਾ ਵੀ ਇਹ ਛੋਟੇ ਨੇ ਜਾਂ ਮੈਂ ਫੌਜੀ ਬੰਦਾ, ਸਾਰਿਆਂ ਨਾਲ ਖੁੱਲ੍ਹ ਮਿਲ ਕੇ ਰਹਿੰਦਾ ਸੀਗਾ।
ਜਿਵੇਂ ਦੱਸ ਰਹੇ ਕਿ ਬੱਚਿਆਂ ਪ੍ਰਤੀ ਦਾ ਬੜਾ ਉਹਨਾਂ ਦੀ ਸੋਚ ਵਧੀਆ ਸੀ ਕਿ ਰਾਜਨੀਤੀ ਸਾਕਰ ਨੂੰ ਆਉਣਾ। ਹਾਂ ਹੁਣ ਮੇਰੇ ਨਾਲ ਹੁੰਦੀ ਸੀ ਇਹ ਵਿਸ਼ੇ 'ਤੇ ਹੁੰਦੀ ਸੀ, ਮੇਰੇ ਵੀ ਦੋ ਬੱਚੇ ਨੇ, ਉਹ ਕਹਿੰਦੇ ਵੀ ਆਪਾਂ ਨੇ ਇਹਨਾਂ ਨੂੰ ਜੋਬ 'ਤੇ ਲਾਉਣਾ, ਅਤੇ ਬੇਟੀ ਨੂੰ ਅਤੇ ਵੱਡੀ ਨੂੰ ਕਹਿੰਦੇ ਸੀ ਆਈ ਪੀ ਐੱਸ ਅਫਸਰ ਬਣਾਉਣਾ, ਅਤੇ ਗੁੜੀਆ ਨੂੰ ਖੇਡ 'ਚ ਲਾਇਆ ਸੀ ਕਹਿੰਦਾ ਵੀ ਇਹਨੂੰ ਮੈਂ ਇੰਡੀਆ ਦੀ ਖੇਡ 'ਚ ਉਹ ਕਰਨਾ ਚਾਹੁੰਦਾ। ਅਤੇ ਬੱਚਿਆਂ ਪ੍ਰਤੀ ਤਾਂ ਬਹੁਤ ਰੱਖਦਾ ਸੀ ਉਹ, ਆਪਦਿਆਂ ਪ੍ਰਤੀ ਮੇਰਿਆਂ ਪ੍ਰਤੀ ਬਹੁਤ ਪੂਰਾ ਉਹ ਰੱਖਦਾ ਸੀ। ਜੁਆਇੰਟ ਫੈਮਿਲੀ ਸਾਡੀ ਕੋਈ ਉਹ ਨਹੀਂ ਸੀਗਾ। ਜਿਵੇਂ ਸ਼ਹੀਦੀ ਹੋਈ ਆ ਉਹਨਾਂ ਦੀ ਤਾਂ ਉਹਨਾਂ ਦਾ ਪਾਰਟੀ ਕਿਵੇਂ ਪਹੁੰਚਣਾ ਹੈਗਾ ਤਾਂ ਉਹ ਸੰਸਕਾਰ ਕਰਨਾ ਕਿਸ ਤਰ੍ਹਾਂ ਕਰਨੀ ਹੈ? ਅਤੇ ਤਿਆਰੀਆਂ ਤਾਂ ਜੀ ਸਾਡੇ ਲਗਭਗ ਨੂੰ 7 ਵਜੇ ਪਹੁੰਚ ਜਾਣਗੇ ਉਰੇ, ਅਤੇ ਉਹਨਾਂ ਨੇ ਸਾਨੂੰ 8:30 ਵਜੇ ਦਾ ਟਾਈਮ ਦਿੱਤਾ, ਅਤੇ ਪਹਿਲਾਂ ਤਾਂ ਉਹਨਾਂ ਸਾਨੂੰ ਪੁੱਛਿਆ ਸੀ ਵੀ ਸੰਸਕਾਰ ਦਾ ਟਾਈਮ ਦੱਸੋ, ਅਤੇ ਆਪਣੇ ਵੱਲੋਂ ਤਿਆਰੀਆਂ ਨੇ ਸਾਰੀਆਂ ਜੀ। ਨਹੀਂ ਹਾਲੇ ਕੋਈ ਪ੍ਰਸ਼ਾਸਨ, ਮੇਰੇ ਪਟਵਾਰੀ ਸਾਹਿਬ ਆਏ ਨੇ ਅਤੇ ਫੋਨ ਤਾਂ ਵੈਸੇ ਆ ਹੀ ਗਏ ਸੀ ਉਹਨਾਂ ਦੇ, ਪਟਵਾਰੀ ਸਾਹਿਬ ਸੁਬਹਾ ਆ ਕੇ ਗਏ ਨੇ, ਅਤੇ ਹੋਰ ਤਾਂ ਕੋਈ ਅਫਸਰ ਆਏ ਨੇ ਜੀ।